हेलो एवरीवन वेलकम टू श्री शॉर्टकट्स हियर स्टडी बिकम्स इजी है ते आपले के आज थोरडी ली कोई इंपॉर्टेंट इंफॉर्मेशन जडी के जारी कीती गई है पीएसपीसीएल यानी के पंजाब स्टेट पावर कॉर्पोरेशन लिमिटेड वलो एक इंपॉर्टेंट इंफॉर्मेशन रिक्रूटमेंट से रिगार्डिंग इंफॉर्मेशन हैगी है गी जी काफी सारे कमेंट्स आ रहे सी के मैम जडी पोस्टर आउट होया सी ओ पोस्टर जडी 31 मई तो परनिया शुरू होनी सी लेकिन वो परनिया शुरू नहीं होया की कारण है कदो तो शुरू होन गया तो उसदा ही आंसर आपा इस वीडियो दे विच लेके आए हां जी ਦੇਖੋ ਪੀਐਸਪੀਸੀਐਲ ਦੇ ਅੰਦਰ ਤੁਸੀਂ ਇਹ ਤੇ ਦੇਖ ਸਕਦੇ ਹੋ ਵਿਗਿਆਪਨ ਨੰਬਰ ਸੀਆਰਏ 298 2021 ਦੇ ਤਹਿਤ ਪੋਸਟ ਆਊਟ ਹੋਈਆਂ ਸੀ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਤੇ ਉਸ ਦੇ ਰਿਗਾਰਡਿੰਗ ਹੁਣ ਉਹਨਾਂ ਨੇ ਜਨਤਕ ਸੂਚਨਾ ਦੇ ਕੇ ਇਨਫੋਰਮੇਸ਼ਨ ਦਿੱਤੀ ਹੈ ਕਿ ਉਪਰੋਕਤ ਵਿਸ਼ੇ ਸਬੰਧੀ ਜਿਹੜੀ ਸੂਚਨਾ ਦਿੱਤੀ ਜਾਂਦੀ ਹੈ ਮਾਲ ਲੇਖਕਰ ਯਾਨਕੀ ਰੈਵਨਿਊ ਕਾਉਂਟੈਂਟ ਦੀਆਂ 18 ਪੋਸਟ ਆਊਟ ਹੋਈਆਂ ਸੀ ਕਲਰਕ ਦੀਆਂ 549 ਜੇ ਇਲੈਕਟ੍ਰੋਨਿਕ ਦੀਆਂ 75 ਤੇ ਸਹਾਇਕ ਸਬਸਟੇਸ਼ਨ ਅਟੈਂਡੈਂਟ ਦੀਆਂ 290 ਅਤੇ ਸਹਾਇਕ ਲਾਈਨ ਮੈਂਡੀਆਂ ਦੀਆਂ 1700 ਪੋਸਟ ਆਊਟ ਹੋਈਆਂ ਸੀ ਜਿਸ ਸਬੰਧੀ ਜਿਹੜੀਆਂ ਆਨਲਾਈਨ ਅਰਜ਼ੀਆਂ ਦੀ ਮੰਗ ਜਿਹੜੀ ਕੀਤੀ ਗਈ ਸੀ 31 ਪੰਜ ਤੋਂ ਸ਼ੁਰੂ ਹੋਣੀ ਸੀ ਪਰੰਤੂ ਕੁਝ ਤਕਨੀਕੀ ਕਾਰਨਾਂ ਕਰਕੇ ਹੁਣ ਇਹ ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਜਿਹੜੀ ਹੈ ਉਹ ਇਸ ਤਰ੍ਹਾਂ ਸ਼ੁਰੂ ਹੋਏਗੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੀ ਮਿਤੀ ਹੁਣ 10 6 2021 10 ਜੂਨ ਨੂੰ ਹੁਣੇ ਭਰਤੀ ਭਰਨੀ ਸ਼ੁਰੂ ਹੋਏਗੀ ਜੀ ਵੀਰਵਾਰ ਤੋਂ ਉਹਨਾਂ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਰਹੇਗੀ 30 ਜੂਨ ਤੇ ਬੈਂਕ ਵਿੱਚ ਫੀਸ ਭਰਨ ਦੀ ਆਖਰੀ ਮਿਤੀ ਰਹੇਗੀ 5 ਜੁਲਾਈ ਤਾਂ ਪਹਿਲਾਂ ਜਿਹੜਾ ਜੀ 31 ਮਈ ਤੋਂ ਸ਼ੁਰੂ ਹੋਣੀ ਸੀ ਪਰ ਕੁਝ ਤਕਨੀਕੀ ਕਾਰਨ ਕਰਕੇ ਇਹ ਪੋਸਟਾਂ ਜਿਹੜੀਆਂ ਫਿਲ ਹੋਣੀਆਂ ਸ਼ੁਰੂ ਨਹੀਂ ਹੋਈਆਂ ਇਹ ਹੁਣ 10 ਜੂਨ ਤੋਂ ਫਿਲ ਹੋਣੀਆਂ ਸ਼ੁਰੂ ਹੋਣਗੀਆਂ ਤੇ ਇਹਦਾ 30 ਜੂਨ ਇਹਨਾਂ ਦੀ ਲਾਸਟ ਡੇਟ ਰਹੇਗੀ ਤੇ ਬੈਂਕ ਵਿੱਚ ਫੀਸ ਭਰਨ ਦੀ ਲਾਸਟ ਡੇਟ 5 ਜੁਲਾਈ ਰਹੇਗੀ ਉਮੀਦਵਾਰਾਂ ਨੂੰ ਸਲਾਹ ਦਿੱ ਤੇ ਇਹ ਜਿਹੜੀ ਨਵੀਂ ਇਨਫੋਰਮੇਸ਼ਨ ਜਿਹੜੀ ਆਊਟ ਕੀਤੀ ਗਈ ਹੈ ਪੀਐਸਪੀਸੀਐਲ ਵੱਲੋਂ ਕਿ ਰਿਕਰੂਟਮੈਂਟ ਜਿਹੜੀ ਹੈਗੀ ਉਹ 31 ਮਈ ਤੋਂ ਭਰਨੀ ਸ਼ੁਰੂ ਹੋਣੀ ਸੀ ਪਰ ਹੁਣ ਉਹ 10 ਜੂਨ ਤੋਂ ਭਰਨੀ ਸ਼ੁਰੂ ਹੋਏਗੀ 30 ਜੂਨ ਦੀ ਲਾਸਟ ਡੇਟ ਰਹੇਗੀ ਤੇ ਬੈਂਕ ਵਿੱਚ ਫੀਸ ਭਰਨ ਦੀ ਲਾਸਟ ਡੇਟ 5 ਜੁਲਾਈ ਰਹੇਗੀ ਤਾਂ ਜਿਹੜੇ ਵੀ ਵੇਟ ਕਰ ਰਹੇ ਸੀਗੇ ਕਿ ਕਿਉਂ ਹਲੇ ਤੱਕ ਭਰਨੀ ਸ਼ੁਰੂ ਨਹੀਂ ਹੋਈ ਤੇ ਹੁਣ ਉਹ ਧਿਆਨ ਰੱਖਣ 10 ਜੂਨ ਨੂੰ ਜੜੀਏ ਭਰਤੀ ਭਰਨੀ ਸ਼ੁਰੂ ਹੋਏਗੀ ਤੇ 30 ਜੂਨ ਦੀ ਲਾਸਟ ਡੇਟ ਰਹੇਗੀ ਤੇ ਇਸੇ ਕੀ ਜੀ ਆਫੀਸ਼ੀਅਲ ਇਨਫੋਰਮੇਸ਼ਨ ਪੀਐਸਪੀਸੀਐਲ ਵੱਲੋਂ ਜਾਰੀ ਕੀਤੀ ਗਈ ਹੈ ਰਿਕਰੂਟਮੈਂਟ ਦੇ ਰਿਗਾਰਡਿੰਗ ਡੇ ਜਿਹੜੀ ਹੈ ਭਰਨ ਦੀ ਡੇ ਜਿਹੜੀ ਐਕਸਟੈਂਡ ਹੋ ਚੁੱਕੀ ਹੈ ਕੁਝ ਤਕਨੀਕੀ ਕਾਰਨਾ ਕਰਕੇ ਆਪੀ ਇਨਫੋਰਮੇਸ਼ਨ ਤੁਹਾਡੇ ਲਈ ਯੂਸਫੁਲ ਰਹੀ ਹੋਏਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਸਭ ਤੱਕ ਪਹੁੰਚ ਸਕੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਜਿਸ ਨਾਲ ਤੁਹਾਨੂੰ অনਲੀ ਸਾਰੀ ਲੇਟੈਸਟ ਸ਼ਡਿਊਲ ਦੀ ਅਪਡੇਟ ਟਾਈਮ ਸੇਟ ਤੇ ਸਭ ਤੋਂ ਪਹਿਲਾਂ ਮਿਲੇਗੀ ਫੇਸਬੁੱਕ